ਪਟਿਆਲਾ ਹੈਰੀਟੇਜ ਫੈਸਟੀਵਲ 2020 ਦੇ ਪ੍ਰੋਗਰਾਮਾਂ ਦੀ ਲੜੀ ਦੇ ਵਜੋਂ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦੇ ਦਰਮਿਆਨ ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ ਹੋਇਆ। ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲਿਆਂ ਤੋਂ ਬਾਅਦ ਆਖਰਕਾਰ ਬਹਾਦਰਗੜ੍ਹ ਦੀ ਟੀਮ ਨੇ ਜਿੱਤ ਹਾਸਲ ਕੀਤੀ। ਸੰਗਰੂਰ ਰੋਡ ਵਿਖੇ ਸਥਿਤ ਪਟਿਆਲਾ ਪੋਲੋ ਐਂਡ ਰਾਈਡਿੰਗ ਕਲੱਬ 'ਚ ਕਰਵਾਏ ਗਏ ਇਸ ਮੈਚ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਨਗਰ ਨਿਗਮ ਤੇ ਮੇਅਰ ਸੰਜੀਵ ਸ਼ਰਮਾ ਅਤੇ ਕਈ ਹੋਰ ਵੀ ਮੈਂਬਰ ਮੌਜੂਦ ਸਨ। ਇਸ ਮੌਕੇ ਆਈਆਂ ਹੋਈਆਂ ਸਾਰੀਆਂ ਹੀ ਸ਼ਖਸੀਅਤਾਂ ਨੇ ਦਿਲਚਸਪ ਮੈਚਾਂ ਦਾ ਆਨੰਦ ਮਾਣਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵੱਲੋਂ ਕਰਵਾਏ ਗਏ ਇਸ ਪਟਿਆਲਾ ਹੈਰੀਟੇਜ ਫੈਸਟੀਵਲ ਨੇ ਜਿੱਥੇ ਦੇਸ਼ ਵਿਦੇਸ਼ ਦੀ ਪੁਰਾਤਨ ਸ਼ਿਲਪ ਕਲਾ, ਖੇਡਾਂ, ਸੱਭਿਆਚਾਰਾਂ ਤੋਂ ਜਾਣੂ ਕਰਵਾਇਆ, ਉੱਥੇ ਸਾਨੂੰ ਵਿਰਾਸਤ ਅਤੇ ਅਮੀਰ ਵਿਰਸੇ ਨਾਲ ਜੁੜਨ ਦਾ ਵੀ ਮੌਕਾ ਮਿਲਿਆ ਹੈ। ਦੇਖੋ, ਜਿਹੜੀ ਜਿੱਤੋ ਟੀਮ ਹੈ ਉਹ ਮੇਰੇ ਖਿਆਲ 'ਚ ਪਤਾ ਹੀ ਸੀ ਕਿ ਜਿੱਤਣਗੇ, ਕਿਉਂਕਿ ਯੰਗਸਟਰਸ ਨੇ ਔਰ ਇੱਕ 5 ਹੈਂਡੀਕੈਪਰ ਨੇ, ਪਰ ਮੇਰੇ ਖਿਆਲ 'ਚ ਬਹੁਤ ਦਿਲਚਸਪੀ ਨਾਲ ਖੇਲ ਦੇਖਿਆ ਸਾਰਿਆਂ ਨੇ, ਔਰ ਜਿਹੜੀ ਹਾਰੀ ਟੀਮ ਹੈ 2 ਗੋਲਾਂ ਤੋਂ ਉਹ ਵੀ ਉਹਨਾਂ ਨੇ ਵੀ ਬਹੁਤ ਅੱਛੀ ਤਰ੍ਹਾਂ ਖੇਡਿਆ, ਔਰ ਜੋ ਡਿਸਪਲੇ ਪਿੱਛੋਂ ਹੋਇਆ ਖਾਸ ਕਰਕੇ PPS 90 ਤੋਂ ਬੱਚਿਆਂ ਦਾ, ਹਰ ਵਕਤ ਉਹ ਬਹੁਤ ਹੀ ਪਰਫੈਕਟ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਆਪਣਾ ਡਿਸਪਲੇ ਦਿਖਾਉਂਦੇ ਹੈ। ਸਾਨੂੰ ਖੁਸ਼ੀ ਹੁੰਦੀ ਹੈ ਔਰ ਫਖਰ ਹੁੰਦਾ ਹੈ ਕਿ ਸਾਡੇ ਬੱਚੇ ਇਸ ਤਰ੍ਹਾਂ ਦੇ ਸਪੋਰਟ ਦੇ ਵਿੱਚ ਇੰਨੀ ਵਧੀਆ ਤਰੀਕੇ ਨਾਲ ਕਰਦੇ ਨੇ। ਨਾਲ ਅਸੀਂ ਧੰਨਵਾਦ ਕਰਦੇ ਹਾਂ ਆਰਮੀ ਨੂੰ, 61st ਕੈਵਲਰੀ ਨੂੰ, ਜਿਨ੍ਹਾਂ ਨੇ ਵੀ ਡਿਸਪਲੇ ਦਿਖਾਇਆ। ਸੋ ਅੱਜ ਬਹੁਤ ਅੱਛਾ ਇੱਕ ਦੁਪਹਿਰ ਨਿਕਲੀ ਪੋਲੋ ਦੇ ਵਿੱਚ। ਹਾਂ ਮੈਡਮ, ਕੁੱਲ ਮਿਲਾ ਕੇ ਹੈਰੀਟੇਜ ਫੈਸਟ ਚੱਲ ਰਿਹਾ, ਪੋਲੋ ਮੈਚ ਹੋਏ ਨੇ, ਫੁੱਲਾਂ ਦੀ ਪ੍ਰਦਰਸ਼ਨੀ, ਬੁੱਕੋ ਮੇਲਾ ਲੱਗਿਆ, ਅਤੇ ਕੁੱਲ ਮਿਲਾ ਕੇ ਕਿੰਨਾ ਕੁ ਅਸਰ ਦੇਖਣ ਨੂੰ ਮਿਲਿਆ ਸ਼ਹਿਰ ਦੇ ਵਿੱਚ? ਮੇਰੇ ਖਿਆਲ 'ਚ ਸ਼ਹਿਰ ਦੇ ਲੋਕਾਂ ਨੂੰ ਹਰ ਇੱਕ ਪੱਖ ਤੋਂ, ਚਾਹੇ ਖੇਡਾਂ ਦੇ ਖੇਤਰ ਤੋਂ ਹੋਏ, ਚਾਹੇ ਹੈਂਡੀਕ੍ਰਾਫਟ ਤੋਂ ਹੋਏ, ਚਾਹੇ ਕਲਾ ਤੋਂ ਹੋਏ, ਹਰ ਇੱਕ ਕਿਸਮ ਦੀ ਕਲਾ ਹੀ ਹੈ ਜੋ ਦਿਖਾਈ ਗਈ ਹੈ, ਸਾਰੇ ਦੇਸ਼ ਦੀ ਜੋ ਪਰੰਪਰਾ, ਸਾਰੇ ਦੇਸ਼ ਦੀ ਵਿਰਾਸਤ ਦਿਖਾਈ ਗਈ ਹੈ, ਔਰ ਇੱਥੇ ਵਿੱਚ ਹੀ ਪਟਿਆਲੇ ਦੀ ਜਿਹੜੀ ਸਾਡੀ ਹੈਗੀ ਹੈ ਇਤਿਹਾਸ, ਉਹ ਵੀ ਦਿਖਾਇਆ ਗਿਆ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਹੈਰੀਟੇਜ ਫੈਸਟੀਵਲ ਹੋਇਆ। ਵਧਾਉਣ ਲਈ ਹੋਰ ਕੀ ਉਪਰਾਲੇ ਕੀਤੇ ਜਾਣਗੇ ਸਰਕਾਰ ਵੱਲੋਂ? ਦੇਖੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਕੁਛ ਹੋਰ ਬਿਹਤਰੀ ਦੇ ਨਾਲ ਹੋਏ। ਐਤਕੀ ਮੇਰੇ ਖਿਆਲ 'ਚ ਪਿਛਲੇ ਸਾਲ ਨਾਲੋਂ ਥੋੜ੍ਹਾ ਜਿਹਾ ਵਧੀਆ ਹੋਇਆ, ਔਰ ਅਗਲੇ ਸਾਲ ਹੋਰ ਵਧੀਆ ਕਰਾਂਗੇ। ਪਟਿਆਲਾ ਤੋਂ ਮਨੋਜ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।